ਸਕੂਲ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਤਾਂ ਦੱਸ ਦਈਏ ਕਿ ਇੱਕ ਸਕੂਲ ਦੇ ਵਿੱਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ, ਜਿਸ ਦੇ ਕਾਰਨ ਸਕੂਲ ਦੇ ਵਿੱਚ ਜੋ ਦਰਖਤ ਸੀ ਅਤੇ ਗਰਾਊਂਡ ਸੀ ਉਸਦਾ ਵੱਡਾ ਨੁਕਸਾਨ ਹੋਇਆ ਅਤੇ ਜੋ ਅੱਗ ਦੀਆਂ ਲਪਟਾਂ ਨੇ ਕਿਹਾ ਜਾ ਰਿਹਾ ਕਿ ਉਹ 8 ਤੋਂ 10 ਫੁੱਟ ਉੱਚੀਆਂ ਉੱਠੀਆਂ ਨੇ। ਤਾਂ ਦੂਰ ਦੂਰ ਤੱਕ ਇਹ ਅੱਗ ਦੇਖੀ ਜਾ ਸਕਦੀ ਸੀ। ਆਲੇ ਦੁਆਲੇ ਕਈ ਘਰ ਬਣੇ ਹੋਏ ਨੇ ਜਿਨ੍ਹਾਂ ਦੇ ਵਿੱਚ ਕਾਫੀ ਜ਼ਿਆਦਾ ਸਹਿਮ ਦਾ ਮਾਹੌਲ ਬਣ ਜਾਂਦਾ ਹੈ। ਤਾਂ ਦੱਸ ਦਈਏ ਕਿ ਲੋਕਾਂ ਦੇ ਵੱਲੋਂ ਖੁਦ ਹੀ ਇਸ ਅੱਗ ਦੇ ਉੱਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ, ਪਰ ਕਿਹਾ ਜਾ ਰਿਹਾ ਕਿ ਅੱਗ ਲਗਾਤਾਰ ਫੈਲਦੀ ਜਾਂਦੀ ਹੈ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਬੁਲਾਇਆ ਜਾਂਦਾ ਹੈ। ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ਦੇ ਉੱਤੇ ਪਹੁੰਚਦੀਆਂ ਨੇ ਅਤੇ ਇਸ ਭਿਆਨਕ ਅੱਗ ਦੇ ਉੱਤੇ ਕਾਬੂ ਪਾਇਆ ਜਾਂਦਾ ਹੈ। ਤਾਂ ਤਸਵੀਰਾਂ ਤੋਂ ਤੁਸੀਂ ਸਾਫ਼ ਅੰਦਾਜ਼ਾ ਲਗਾ ਸਕਦੇ ਹੋ ਕਿ ਅੱਗ ਕਿੰਨੇ ਭਿਆਨਕ ਤਰੀਕੇ ਦੇ ਨਾਲ ਲੱਗੀ ਹੋਵੇਗੀ। ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ ਕਈ ਕਈ ਕਿਲੋਮੀਟਰ ਤੱਕ ਇਸ ਅੱਗ ਦਾ ਭਾਂਬੜ ਦੇਖਣ ਨੂੰ ਮਿਲਿਆ। ਤਾਂ ਦੱਸ ਦਈਏ ਕਿ ਇੱਕ ਸਕੂਲ ਦੇ ਵਿੱਚ ਭਿਆਨਕ ਅੱਗ ਲੱਗੀ ਹੈ। ਸਕੂਲ ਦਾ ਗਰਾਊਂਡ ਜੋ ਹੈ ਸਾਰਾ ਹੀ ਸੜ ਕੇ ਸਵਾਹ ਹੋ ਗਿਆ। ਦੱਸ ਦਈਏ ਕਿ ਆਲੇ ਦੁਆਲੇ ਰੁੱਖ ਲਗਾਏ ਹੋਏ ਸੀ, ਰੁੱਖਾਂ ਦਾ ਵੀ ਵੱਡਾ ਨੁਕਸਾਨ ਹੋਇਆ ਅਤੇ ਸਕੂਲ ਦੇ ਵਿੱਚ ਕਿਹਾ ਜਾ ਰਿਹਾ ਕਿ ਬਚਾ ਰਿਹਾ। ਹਾਲਾਂਕਿ ਸ਼ਾਮ ਦੇ ਸਮੇਂ ਇਹ ਅੱਗ ਲੱਗੀ ਹੈ, ਪਰ ਦੂਜੇ ਪਾਸੇ ਜੋ ਆਲੇ ਦੁਆਲੇ ਘਰ ਬਣੇ ਹੋਏ ਸੀ ਉਹਨਾਂ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਜਾਂਦਾ, ਕਿਉਂਕਿ ਜਿਸ ਥਾਂ ਦੇ ਉੱਤੇ ਸਕੂਲ ਦੱਸਿਆ ਜਾ ਰਿਹਾ ਉੱਥੇ ਆਲੇ ਦੁਆਲੇ ਲੋਕਾਂ ਦੇ ਘਰ ਨੇ। ਪਹਿਲਾਂ ਤਾਂ ਜਦੋਂ ਅੱਗ ਲੱਗੀ ਲੋਕਾਂ ਦੇ ਵੱਲੋਂ ਖੁਦ ਆਪਣੇ ਵੱਲੋਂ ਹੀ ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਕਿਹਾ ਜਾ ਰਿਹਾ ਕਿ ਅੱਗ ਲਗਾਤਾਰ ਵੱਧਦੀ ਜਾ ਰਹੀ ਸੀ, ਜਿਸ ਤੋਂ ਬਾਅਦ ਜਦੋਂ ਸਥਿਤੀ ਆਊਟ ਆਫ ਕੰਟਰੋਲ ਹੁੰਦੀ ਹੈ ਤਾਂ ਉਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਬੁਲਾਇਆ ਜਾਂਦਾ। ਹਾਲਾਂਕਿ ਅੱਗ ਕਿਵੇਂ ਲੱਗੀ ਇਹਨਾਂ ਕਾਰਨਾਂ ਦਾ ਹਾਲੇ ਕੁਝ ਵੀ ਪਤਾ ਨਹੀਂ ਚੱਲ ਸਕਿਆ, ਪਰ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ ਕਿ ਅੱਗ ਕਿੰਨੇ ਭਿਆਨਕ ਤਰੀਕੇ ਦੇ ਨਾਲ ਲੱਗੀ ਹੋਈ ਹੈ। ਫਿਲਹਾਲ ਇਸ ਅੱਗ ਦੇ ਉੱਤੇ ਕੜੀ ਮੁਸ਼ਕਲ ਤੋਂ ਬਾਅਦ ਕਾਬੂ ਪਾ ਲਿਆ ਗਿਆ, ਪਰ ਸਕੂਲ ਦੇ ਵਿੱਚ ਜੋ ਗਰਾਊਂਡ ਸੀ ਉਸਦਾ ਵੱਡਾ ਨੁਕਸਾਨ ਹੋਇਆ। ਤਾਂ ਸੁਲਤਾਨਪੁਰ ਲੋਧੀ ਤੋਂ ਇਹ ਮਾਮਲਾ ਸਾਹਮਣੇ ਆਇਆ। ਸਾਨੂੰ ਸੂਚਨਾ ਮਿਲੀ ਸੀ ਜੀ, ਅੱਗ ਲੱਗੀ ਹੈ ਬੋਆਏ ਸਕੂਲ ਦੇ ਗਰਾਊਂਡ 'ਚ ਜੀ, ਅਤੇ ਇੱਥੇ ਮੌਕੇ 'ਤੇ ਆ ਗਏ ਜੀ ਅਸੀਂ, ਅਤੇ ਅੱਗ 'ਤੇ ਕਾਬੂ ਪਾ ਲਿਆ ਜੀ। ਲਾਗੇ ਘਰ ਸੀਗੇ ਉਹਨਾਂ 'ਤੇ ਅੱਗ 'ਤੇ ਜ਼ਿਆਦਾ ਸੀ ਜੀ, ਉੱਧਰਲੀ ਸਾਈਡ 'ਤੇ ਉਹਨਾਂ ਬੁਝਾ ਕੇ ਕਾਬੂ 'ਚ ਆ ਜੀ ਕੰਟਰੋਲ। ਕਿੰਨਾ ਸਮਾਂ ਲੱਗਾ ਕਾਬੂ ਪਾਉਣ 'ਤੇ? ਲੱਗਿਆ ਜੀ 15-20 ਮਿੰਟ। ਇੱਥੇ ਨਾ ਥੋੜ੍ਹੀ ਦੇਰ ਪਹਿਲੇ ਬਹੁਤ ਜ਼ਬਰਦਸਤ ਅੱਗ, ਭਿਆਨਕ ਅੱਗ ਲੱਗੀ ਸੀਗੀ, ਜਿਹਦੀਆਂ ਲਾਟਾਂ ਕੋਈ ਨੀਅਰ ਅਬਾਊਟ 10 ਤੋਂ 11 ਫੁੱਟ ਉੱਚੀਆਂ ਜਾ ਰਹੀਆਂ ਸੀ, ਅਤੇ ਉੱਪਰੋਂ ਕੋਠੇ ਤੋਂ ਜਿਹੜੇ ਗੁਆਂਢੀ ਘਰ ਵਾਲੇ ਸੀਗੇ ਉਹ ਖੁਦ ਪਾਣੀ ਪਾ ਰਹੇ ਸੀ, ਲੇਕਿਨ ਫਾਇਰ ਬ੍ਰਿਗੇਡ ਵਾਲੇ ਸਾਈਡ 'ਤੇ ਖੜ੍ਹੇ ਸੀ, ਦੇਖ ਰਹੇ ਵੀ ਪਤਾ ਨਹੀਂ ਕੀ ਹੋ ਰਿਹਾ, ਲੇਕਿਨ ਫਿਰ ਵੀ ਫੋਨ ਕਰਕੇ ਉਸ ਤੋਂ ਬਾਅਦ ਫਾਇਰ ਬ੍ਰਿਗੇਡ ਇਹਨਾਂ ਨੇ ਅੱਗ ਬੁਝਾਈ। 19 ਦਿਨ ਨੂੰ ਅੱਗ ਆਪਣੇ ਆਪ ਹੀ ਬੁਝ ਚੁੱਕੀ ਸੀ, ਕੁਛ ਏਰੀਆ ਹੈਗਾ ਜਿਹੜਾ ਅੱਗ ਦਾ ਉਹ ਬੁਝਾ ਰਹੇ ਆ ਹਾਲੇ। ਕਿਹੜੀ ਜਗ੍ਹਾ ਕਿਹੜੀ ਹੈ ਜੀ? ਇਹ ਗੌਰਮੈਂਟ ਸਕੂਲ ਹੈ ਜੀ, ਸਰਕਾਰੀ ਬੋਆਏਜ਼, ਬਿਲਕੁਲ ਰੋਡ ਦੇ ਉੱਤੇ ਹੈ ਜੀ ਇਹ ਸਕੂਲ, ਜਿਹੜਾ GD ਰੋਡ ਦੇ ਉੱਤੇ, ਜਿਹੜਾ ਬੇਰ ਸਾਹਿਬ ਰੋਡ ਦੇ ਉੱਪਰ ਹੈ। ਕੋਈ ਅੱਗ ਲੱਗਣ ਦਾ ਕਾਰਨ ਸਮਝ ਪਾਇਆ? ਕੋਈ ਪਤਾ ਨਹੀਂ ਅੱਗ ਦਾ, ਇਹ ਤਾਂ ਲਾਟਾਂ ਦੇਖੀਆਂ ਜੀ ਬਲਦੀਆਂ, ਅਤੇ ਫਿਰ ਮੇਰੇ ਕੋਲ ਨੰਬਰ ਨਹੀਂ ਸੀ, ਮੈਂ ਅਤੇ ਮੇਰੇ ਕੋਲ ਦੋਸਤ ਹੈਗੇ ਆ ਕਪੂਰਥਲੇ, ਉਹਨਾਂ ਕੋਲੋਂ ਨੰਬਰ ਲਿਆ, ਉਹਨਾਂ ਨੇ ਇਹਨਾਂ ਨੂੰ ਫੋਨ ਕੀਤਾ ਫਾਇਰ ਬ੍ਰਿਗੇਡ ਵਾਲਿਆਂ ਨੂੰ, ਉਹ ਫਿਰ ਇਹ ਬਾਅਦ 'ਚ ਕਹਿੰਦੇ ਆਉਂਦੇ ਆ, ਉਦੋਂ ਤੱਕ ਤਾਂ ਬਹੁਤ ਜ਼ਿਆਦਾ ਅੱਗ ਜਿਹੜੀ ਉਹ ਫੈਲ ਚੁੱਕੀ ਸੀਗੀ ਕਾਫੀ। ਹੁਣ ਹਾਲਾਤ ਕੀ ਨੇ ਇੱਥੋਂ ਦੇ ਜੀ? ਹੁਣ ਤਾਂ ਚਲੋ ਕਾਬੂ ਹੈ ਹਾਲਾਤ ਦੇ ਵਿੱਚ, ਕਿਉਂਕਿ ਅੱਗ ਆਪਣੇ ਆਪ ਹੀ ਬੁਝ ਗਈ, ਅੱਗੇ ਕੰਧਾਂ ਸੀਗੀਆਂ, ਅਤੇ ਕੁਛ ਘਰ ਵਾਲਿਆਂ ਨੇ ਖੁਦ ਆਪਣੇ ਆਪ ਘਰਾਂ ਵਾਲਿਆਂ ਨੇ ਉੱਪਰ ਕੋਠਿਆਂ 'ਤੇ ਚੜ੍ਹ ਕੇ ਪਾਣੀ ਸੁੱਟਿਆ, ਅਤੇ ਉਹਦੇ ਨਾਲ ਅੱਗ ਬੁਝੀ, ਆਪਣੇ ਆਪਣੇ ਨੂੰ ਬਚਾਇਆ ਹਰ ਬੰਦੇ ਨੇ।